ਭਰਾਵਾ ਕ੍ਰਿਕਟ ਖੇਡਣ ਜਾ ਰਹੇ ਨੌਜਵਾਨ ਨੂੰ ਦਰੜ ਗਈ ਇੱਟਾਂ ਨਾਲ ਭਰੀ ਟਰਾਲੀ। ਮੌਕੇ ਤੇ ਫੁੱਟ ਫੁੱਟ ਕੇ ਰੋਇਆ ਮੁੰਡੇ ਦਾ ਭਰਾ। ਆ ਦੇਖੋ ਕੀ ਕਰਤਾ ਹਾਲ। ਤਾਂ ਦਰਦਨਾਕ ਹਾਦਸਾ ਹੋਇਆ ਜਿੱਥੇ ਸਵੇਰੇ ਸਵੇਰੇ ਕ੍ਰਿਕਟ ਟੂਰਨਾਮੈਂਟ ਖੇਡਣ ਲਈ ਨੌਜਵਾਨ ਸਟੇਡੀਅਮ ਆਪਣੀ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ। ਤਾਂ ਰਸਤੇ ਦੇ ਵਿੱਚ ਇੱਟਾਂ ਨਾਲ ਭਰੀ ਟਰਾਲੀ ਨੇ ਇਸ ਨੌਜਵਾਨ ਨੂੰ ਦਰੜ ਦਿੱਤਾ, ਜਿਸ ਕਾਰਨ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਤਾਂ ਜਿਵੇਂ ਹੀ ਭਰਾ ਨੂੰ ਇਸ ਸੰਬੰਧੀ ਸੂਚਨਾ ਮਿਲਦੀ ਹੈ ਤਾਂ ਉਹ ਪਹੁੰਚਦਾ ਹੈ ਤੇ ਮੌਕੇ ਤੇ ਆ ਕੇ ਫੁੱਟ ਫੁੱਟ ਕੇ ਰੋਂਦਾ। ਤਾਂ ਦੱਸ ਦਈਏ ਕਿ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿੱਥੇ ਟਰਾਲੀ ਵਾਲੇ ਦੀ ਲਾਪਰਵਾਹੀ ਦੇ ਚੱਲਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਨਾਮ ਰੇਸ਼ਮ ਸਿੰਘ ਸੀ ਤੇ ਉਹ ਵਿਆਹ ਸ਼ਾਦੀਆਂ ਦੇ ਵਿੱਚ ਵੇਟਰ ਦਾ ਕੰਮ ਕਰਦਾ ਸੀ ਤੇ ਉਮਰ ਕਰੀਬ 28 ਤੋਂ 29 ਸਾਲ ਦੱਸੀ ਜਾ ਰਹੀ ਹੈ। ਤਾਂ ਉਹ ਕ੍ਰਿਕਟ ਟੂਰਨਾਮੈਂਟ ਖੇਡਣ ਦੇ ਲਈ ਸਟੇਡੀਅਮ ਜਾ ਰਿਹਾ ਸੀ। ਤਾਂ ਰਸਤੇ ਦੇ ਵਿੱਚ ਇੱਟਾਂ ਦੇ ਨਾਲ ਭਰੀ ਟਰਾਲੀ ਆਉਂਦੀ ਹੈ ਤੇ ਉਸ ਨੂੰ ਭਿਆਨਕ ਟੱਕਰ ਮਾਰਦੀ ਹੈ। ਤਾਂ ਕਈ ਮੀਟਰ ਤੱਕ ਮੋਟਰਸਾਈਕਲ ਸਮੇਤ ਇਸ ਨੌਜਵਾਨ ਨੂੰ ਘਸੀੜਦੀ ਹੋਈ ਆਪਣੇ ਨਾਲ ਲੈ ਜਾਂਦੀ ਹੈ, ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਸੀ। ਤਾਂ ਲੋਕਾਂ ਮੁਤਾਬਕ ਟਰੈਕਟਰ ਡਰਾਈਵਰ ਦਾ ਨਸ਼ਾ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਵੀ ਕਰ ਲਿਆ ਗਿਆ। ਤਾਂ ਮੌਕੇ 'ਤੇ ਇਸ ਦਾ ਭਰਾ ਪਹੁੰਚਦਾ ਹੈ ਅਤੇ ਆਪਣੇ ਭਰਾ ਦਾ ਅਜਿਹਾ ਹਾਲ ਵੇਖ ਕੇ ਫੁੱਟ ਫੁੱਟ ਕੇ ਰੋਂਦਾ ਤੇ ਕਹਿੰਦਾ ਹੈ ਕਿ ਪਹਿਲਾਂ ਅਸੀਂ 3 ਭਰਾ ਸੀ ਤੇ ਹੁਣ 2 ਰਹਿ ਗਏ ਹਾਂ। ਬਾਈ ਕੰਮ ਕਰਨ ਦਾ ਸੀਗਾ, ਮੈਂ ਪੈਲਸਾਂ ਦੇ ਵਿੱਚ ਬੈਟਰੀ ਖਰੀਦਾ ਤੇ ਆ ਸਟੇਡੀਅਮ ਦੇ ਵਿੱਚ ਮੈਚ ਖੇਡਣ ਆਇਆ ਸੀਗਾ। ਸਵੇਰੇ ਮੈਨੂੰ ਕਹਿ ਕੇ ਆਇਆ ਬਾਊ ਰੇ, ਮੈਂ ਵੀ ਨਾਲ ਨਾਲ ਕੰਮ 'ਤੇ ਆ ਰਿਹਾ ਸੀਗਾ ਤੇ ਮੈਨੂੰ ਫੋਨ ਕਰੋ ਰੋ ਕਿਸੇ ਵੀਰੇ ਨੇ, ਕਹਿੰਦੇ ਵੀ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ, ਸੱਟ ਲੱਗੀ। ਮੈਂ ਸਿੱਧਾ ਇੱਧਰ ਨੂੰ ਆ ਗਿਆ ਅਤੇ ਉਰੇ ਆ ਕੇ ਦੇਖਿਆ ਮੇਰੇ ਭਾਈ ਦੀ ਡੈੱਡ ਬਾਡੀ ਪਈ ਸੀਗੀ ਅਤੇ ਹਾਂਜੀ ਉਮਰੇ ਦੀ 28-29 ਸਾਲ ਉਮਰ ਸੀਗੀ ਜੀ। ਘਰ 'ਚ 2 ਭਰਾ ਰਹਿ ਗਏ, ਅਸੀਂ 3 ਭਰਾ ਸੀਗੇ, ਇੱਕ ਪਿਤਾ ਜੀ ਨਹੀਂ ਅਨਮੈਰਿਡ ਸੀਗਾ ਜੀ। ਇਹ ਸਾਰੀ ਪੱਠੇ ਵਾਲਿਆਂ ਦੀ ਅਣਗਹਿਲੀ ਆ ਜੀ। ਉਹ ਟਰਾਲੀ ਚਲਾਉਂਦੇ ਨੇ ਡਰਾਈਵਰ ਜੀ, ਉਹ 4-4, 5-5 ਹਜ਼ਾਰ ਇੱਟ ਪਾਉਂਦੇ ਨੇ ਅਤੇ ਨਸ਼ਾ ਕਰ ਲੈਂਦੇ ਨੇ। ਸਵੇਰੇ 3-3 ਵਜੇ ਟਰਾਲੀਆਂ ਖਿੱਚ ਦਿੰਦੇ ਨੇ, ਨਾ ਦੇਖਦੇ ਨੇ ਕਿ ਕੋਈ ਰੋਡ 'ਤੇ ਹੋਰ ਵੀ ਜਾ ਰਿਹਾ ਹੈ। ਅਤੇ ਉਹਨਾਂ ਨੇ ਮੇਰੇ ਭਰਾ ਨੂੰ ਉੱਤੇ ਟਾਇਰ ਚੜਾ ਤਾ। ਮੇਰਾ ਨਾਮ ਕੌਂਸਟੇਬਲ ਵਿੱਕੀ ਸਿੰਘ ਹੈ ਜੀ। ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ 'ਤੇ ਹੁੰਦੀ ਹੈ ਜੀ। ਅਤੇ ਸਾਡਾ ਏਰੀਆ ਹੈਗਾ ਜੀ ਨਵੇਂ ਬੱਸ ਅੱਡੇ ਤੋਂ ਲੈ ਕੇ ਗੱਜੂ ਮਾਜਰਾ ਜੀ। ਇੱਥੇ ਹੁਣੇ ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ, ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ। ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ 'ਚ ਸੀਗਾ। ਅਸੀਂ 5-10 ਮਿੰਟਾਂ 'ਚ ਪਹੁੰਚੇ ਜੀ ਇੱਥੇ ਅਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ। ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ, 1-2 ਮਿੰਟ 'ਚ ਐਂਬੂਲੈਂਸ ਪਹੁੰਚ ਗਈ ਸੀ ਅਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ। ਹਾਂਜੀ ਸਰ, ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀਗਾ, ਟਰਾਲੀ ਓਵਰ ਸਪੀਡ ਸੀਗੀ ਅਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਨਸ਼ਾ ਵੀ ਕੀਤਾ ਹੋਇਆ ਸੀ ਟਰਾਲੀ ਵਾਲਿਆਂ ਨੇ। ਹਾਂਜੀ 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 ਸਰ, ਇਹ ਜ਼ਰੂਰ ਦੇਖਣਾ ਚਾਹੀਦਾ, ਇਹਨਾਂ ਨੂੰ ਜ਼ਰੂਰ ਸਗੰਜਾ ਕੱਸਣਾ ਚਾਹੀਦਾ ਜੀ, ਕਿਉਂਕਿ ਟਰਾਲੀ ਓਵਰਲੋਡਡ ਅਤੇ ਓਵਰ ਸਪੀਡਡ ਹੈ ਜੀ। ਸਰ ਇਹ ਨਵਾਂ ਬੱਸ ਅੱਡੇ 'ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਹਾਂ ਜੀ, ਬਸ 500 ਮੀਟਰ ਅੱਗੇ ਹੈ ਜੀ। ਹਾਂਜੀ।